ਦੇਖੋ ਤੇ ਸਹੀ ਪਹਿਲਵਾਨ ਜੀ ਕਿੱਧਰ ਬਣ ਗਏ ਚੌਂ ਚਾਏ ਅੱਲਾ ਖੈਰ ਗੋਰੀ ਖਾਨ ਨੂੰ ਸਿੱਧਾ ਹੋ ਜਾ ਪਹਿਲਵਾਨ ਜੀ ਮੇਰੇ ਕੋ ਥੋੜੀਆਂ ਨੇ ਮੈਂ ਖਾਂਦਾ ਹੀ ਰਹਿਣਾ ਇਹ ਆਹ ਨਾਲ ਮੇਰੇ ਕੋ ਕੌਣ ਲੈਂਦਾ ਜੀ ਇਹ ਗੋਲੀ ਐਸੀ ਹੈ ਕਿ ਐਸੀ ਥਾਂ ਤੇ ਮਾਰਾਂਗਾ ਕਿ ਨਾਲ ਦੇ ਡਾਕਟਰ ਨੂੰ ਨਹੀਂ ਦੱਸ ਸਕੇਗਾ ਅੱਲਾ ਖੈਰ ਹੀ ਕਰੇ ਪਹਿਲਵਾਨ ਜੀ ਬੰਦੂਕ ਤੇ ਹੈ ਜੇ ਉਹ ਭਗਾਨੇ ਵਾਲਾ ਫੱਟਾ ਕਿੱਥੇ ਜੇ ਉਹ ਸੱਚੀ ਉੱਚੀ ਦਾ ਬਦਮਾਸ਼ ਓਏ ਉਹ ਜਾ ਕੰਮ ਕਰ ਕਿਹੜਾ ਬਦਮਾਸ਼ ਹੈ ਖੋਤਾ ਨਸਾਉਣ ਵਾਲੇ ਛਣਕਣੇ ਵਰਗਾ ਮੂੰਹ ਹੈ ਉਹਦਾ ਇਹ ਤਾਂ ਸਹੀ ਬਈ ਬੜਾ ਬਦਮਾਸ਼ ਵੇਖੇ ਵੀ ਤੇਰੇ ਵਰਗਾ ਮੁਤਮਈਨ ਮੈਂ ਬਦਮਾਸ਼ ਨਹੀਂ ਉਹ ਵੇਖਿਆ ਓਏ ਅੱਜ ਤੋਂ ਬਾਅਦ ਤੂੰ ਕੁਛ ਵੀ ਨਹੀਂ ਵੇਖ ਸਕੇਗਾ ਡਾਕਟਰ ਉਹ ਪਹਿਲਵਾਨ ਜੀ ਐਵੇਂ ਤੁਹਾਨੂੰ ਲੈ ਆਇਆ ਮੈਂ ਤੇ ਆਪਣਾ ਮਰੀਜ਼ ਵੇਖ ਰਿਹਾ ਸਾਂ ਵੇਖੋ ਤੇ ਸਹੀ ਵਿਚਾਰੀ ਬੜੀ ਬਿਮਾਰ ਇਹਨੂੰ ਵਕਤ ਦੇ ਉੱਤੇ ਡੋਜ਼ ਨਾ ਮਿਲੀ ਤੇ ਮਰ ਜਾਏਗੀ ਔਰ ਜਦੋਂ ਵੀ ਆਇਆ ਇਹ ਬੈਠੀ ਹੁੰਦੀ ਹੈ ਵਾਕਈ ਮਰੀਜ਼ ਹੈ ਜੇ ਤੁਹਾਡਾ ਕੋਈ ਚੱਕਰ ਹੈ ਉਹ ਮੇਰੇ ਕੋ ਇੱਕੋ ਹੀ ਤੇ ਮਰੀਜ਼ ਹੈ ਤੇਰੀ ਮਿਹਰਬਾਨੀ ਹੈ ਜਿਹੜੀ 150 ਦੀ ਦਵਾਈ ਵਿਕਦੀ ਹੈ ਤੇਰੀ ਵਜ੍ਹਾ ਤੋਂ ਉਹ ਵੀ ਨਹੀਂ ਵਿਕਣੀ ਜਾਂਦੀ ਕਰਾ ਤੇਰੀ ਮਿਹਰਬਾਨੀ ਜਾ ਓਏ ਪਹਿਲੇ ਸ਼ਰੀਫ ਆਦਮੀ ਦਾ ਕਰਾ ਦਿਓ ਡਾਕਟਰ ਹੁਣ ਸ਼ਰੀਫ ਆਦਮੀ ਵੇਖਾਂਗੇ ਬਾਜੀ ਸ਼ਰੀਫਾਂ ਵੇਖਾਂ ਮੈਨੂੰ ਦੱਸੋ ਹੁਣ ਓ ਯਾਰ ਤੇਰੀ ਬਾਜੀ ਡਾਕਟਰ ਨੂੰ ਤੜੀਆਂ ਲਾ ਰਹੇ ਹੋ ਅੱਛਾ ਤੁਹਾਨੂੰ ਪਤਾ ਹੈ ਕਿ ਡਾਕਟਰ ਨਾ ਹੋਵੇ ਤੇ ਮੱਲੇ ਦੇ ਵਿੱਚ ਬਿਮਾਰੀਆਂ ਵੱਧ ਜਾਂਦੀਆਂ ਨੇ ਜੇ ਮੈਨੂੰ ਤੁਸੀਂ ਗੋਲੀ ਮਾਰਤੀ ਤੇ ਮੇਰੇ ਮਰੀਜ਼ ਦਾ ਕੀ ਬਣੇਗਾ ਤੁਹਾਨੂੰ ਇਨਸਾਨੀਅਤ ਨਾਲ ਪਿਆਰ ਨਹੀਂ ਹੈਗਾ ਬਦਮਾਸ਼ ਜੀ ਪਿਆਰ ਨਹੀਂ ਹੈਗਾ ਓਏ ਗੱਲ ਕਰਕੇ ਤੂੰ ਮੇਰੀਆਂ ਅੱਖਾਂ ਖੋਲਤੀਆਂ ਨੇ ਸ਼ੁਕਰ ਕਰ ਮੈਂ ਤੇਰਾ ਖੁੰਨਾ ਨਹੀਂ ਖੋਲਤਾ ਚਾਚਾ ਹਾਂ ਯਾਰ ਇਹਨਾਂ ਕੋ ਕਿਰਾਇਆ ਨਾ ਲੈ ਵਜਾ ਤੂੰ ਮੇਰੇ ਕੋਲੋਂ ਡੇਰੇ ਤੇ ਆ ਕੇ ਕਿਰਾਇਆ ਲੈ ਲਈ ਤੇਰੇ ਕੋ ਕਿੱਥੋਂ ਆਏ ਪੈਸੇ ਮੈਨੂੰ ਕਿਰਾਇਆ ਲੈ ਕੇ ਦੇ ਓ ਯਾਰ ਚਾਚਾ ਛੱਡ ਡਾਕਟਰ ਹੈਗਾ ਇਹ ਦੁਨੀਆਂ ਨੂੰ ਬਚਾਉਂਦਾ ਜੀਵੇਂ ਜੀਵੇਂ ਪਹਿਲਵਾਨ ਤੇਰੀ ਖੈਰ ਹੋਵੇ